ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਅਤੇ ਲਾਈਵ ਕਵਰੇਜ ਲਈ ਸੰਪਰਕ ਕਰੋ। ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਪਾਸੜਾ ਵਿਖੇ ਪੇਂਡੂ ਵਿਰਸੇ ਨਾਲ ਸੰਬੰਧਿਤ ਤੀਆਂ ਦਾ ਮੇਲਾ ਮਨਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਸੁੱਚਾ ਸਿੰਘ ਯੂਕੇ ਅਤੇ ਮਨਜੀਤ ਕੌਰ ਯੂਕੇ ਨੇ ਸ਼ਿਰਕਤ ਕੀਤੀ। ਇਸ ਮੌਕੇ ਉਹਨਾਂ ਨਾਲ ਅਮਨ ਸਿੰਘ ਯੂਕੇ, ਇੰਦਰਜੀਤ ਸਿੰਘ, ਅਮਰਜੀਤ ਅਮਰ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਇਸ ਮੌਕੇ ਸਕੂਲ ਦੇ ਬੱਚਿਆਂ ਵੱਲੋਂ ਸੱਭਿਆਚਾਰ ਨਾਲ ਸੰਬੰਧਿਤ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਆਏ ਮਹਿਮਾਨਾਂ ਨੇ ਵੀ ਨੱਚ ਕੇ ਬੱਚਿਆਂ ਨਾਲ ਤੀਆਂ ਦੇ ਮੇਲੇ ਦਾ ਆਨੰਦ ਮਾਣਿਆ। ਇਸ ਮੌਕੇ ਸੁੱਚਾ ਸਿੰਘ ਯੂਕੇ ਅਤੇ ਮਨਜੀਤ ਕੌਰ ਯੂਕੇ ਦੇ ਪਰਿਵਾਰ ਵੱਲੋਂ ਸਕੂਲ ਦੇ 60 ਬੱਚਿਆਂ ਨੂੰ ਵਰਦੀਆਂ ਤਕਸੀਮ ਕੀਤੀਆਂ ਗਈਆਂ। ਇਸ ਮੌਕੇ ਉਹਨਾਂ ਸਕੂਲ ਵੱਲੋਂ ਕੀਤੇ ਜਾਂਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਅੱਗੇ ਤੋਂ ਸਕੂਲ ਨੂੰ ਹੋਰ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਸਕੂਲ ਮੁਖੀ ਜਸਕਰਨਜੀਤ ਸਿੰਘ ਸੱਗੂ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਹੋਰ ਵਧੀਆ ਕੰਮ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ SMC ਕਮੇਟੀ ਚੇਅਰਮੈਨ ਸੁਖਵਿੰਦਰ ਸਿੰਘ, ਮੈਂਬਰ ਲਛਮਣ ਦਾਸ, ਤੀਰਥ ਕੌਰ, ਲਖਵੀਰ ਕੌਰ, ਅਮਨਦੀਪ, ਮੱਖਣ ਰਾਮ, ਕੁਲਵਿੰਦਰ ਸਿੰਘ, ਬਲਜੀਤ ਕੌਰ, ਰਾਜਵਿੰਦਰ ਕੌਰ, ਅਮਰਜੀਤ ਕੌਰ, ਰਜਿੰਦਰ ਕੌਰ ਤੋਂ ਇਲਾਵਾ ਸਕੂਲ ਦੇ ਵਿਦਿਆਰਥੀ ਅਤੇ ਬੱਚਿਆਂ ਦੇ ਮਾਤਾ ਪਿਤਾ ਮੌਜੂਦ ਸਨ। ਮੇਰਾ ਨਾਮ ਮਨਜੀਤ ਕੌਰ ਆ, ਮੈਂ ਨਾਲ ਮੇਰੇ ਹਸਬੈਂਡ ਸੁੱਚਾ ਸਿੰਘ ਅਤੇ ਮੇਰਾ ਬੇਟਾ ਅਮਨ ਸਿੰਘ। ਅਸੀਂ ਅੱਜ ਆਪਣੇ ਪ੍ਰਾਇਮਰੀ ਸਕੂਲ ਪਾਸੜਾ ਨੇ ਵਿਜ਼ਿਟ ਕੀਤਾ ਹੈਗਾ। ਸਾਨੂੰ ਬਹੁਤ ਅੱਛਾ ਲੱਗਾ ਇੱਥੇ ਆ ਕੇ। ਅਸੀਂ ਕਾਫੀ ਪ੍ਰੋਗਰੈਸ ਹੋਈ ਹੈ ਸਕੂਲ ਦੀ ਨਾਰਾਇਣ ਗੁਰਾਂ ਦੀ ਹੈਲਪ ਦੇ ਨਾਲ, ਅਤੇ ਕੁਛ ਜਿਹੜੇ ਇਹਨਾਂ ਨੇ ਹੈਡ ਟੀਚਰ ਇਹਨਾਂ ਨੇ ਕਾਫੀ ਔਰਗਨਾਈਜ਼ ਅੱਛਾ ਕਰਦੇ ਹੈਗੇ ਆ, ਜਿਹਦੇ ਨਾਲ ਕਿ ਬੱਚਿਆਂ ਦੇ ਫਿਊਚਰ ਵਾਸਤੇ ਰੂਮਸ ਅੱਛੇ ਤਿਆਰ ਹੋ ਸਕਣ, ਮੇਕ ਸ਼ੋਰ ਉਹਨਾਂ ਦੀਆਂ ਯੂਨੀਫੋਰਮਸ ਜਿਹੜੀਆਂ ਠੀਕ ਉਹਨਾਂ ਨੂੰ ਉਹ ਪ੍ਰਜੈਂਟੇਬਲ ਲੱਗਣ। ਅਤੇ ਮੈਂ ਰਿਕੁਐਸਟ ਕਰਨਾ ਚਾਹੁੰਦੀ ਹੈਗੀ ਹਾਂ ਆਪਣੇ NRA ਵੀਰਾਂ ਭਰਾਵਾਂ ਨੂੰ, ਆਪਣੇ ਬੇਟਿਆਂ ਨੂੰ, ਆਪਣੇ ਕੋਈ ਵੀ ਜਿਹਨਾਂ ਨੂੰ ਵਾਹਿਗੁਰੂ ਨੇ ਦਿੱਤਾ ਹੋਇਆ, ਕਿ ਉਹ ਅੱਗੇ ਆ ਕੇ ਆਪਣੇ ਬੱਚਿਆਂ ਦੇ ਫਿਊਚਰ ਵਾਸਤੇ, ਇਹ ਆਪਣੇ ਪਿੰਡ ਦਾ ਫਿਊਚਰ ਆ, ਆਪਣੇ ਦੇਸ਼ ਦਾ ਫਿਊਚਰ ਆ। ਜੇ ਸਾਡੇ ਬੱਚਿਆਂ ਦੀ ਐਜੂਕੇਸ਼ਨ ਅੱਛੀ ਹੋਏਗੀ ਅਤੇ ਉਹ ਅੱਗੇ ਜਾ ਕੇ ਅੱਛੇ ਡਾਕਟਰ, ਵਕੀਲ ਅਤੇ ਸੋਲੀਸੀਟਰ ਬਣ ਸਕਣਗੇ। ਅਤੇ ਮੈਂ ਉਹਨਾਂ ਨੂੰ ਰਿਕੁਐਸਟ ਕਰਦੀ ਹਾਂ ਕਿ ਪਲੀਜ਼ ਅੱਗੇ ਆ ਕੇ ਆਪਣੇ ਸਕੂਲ ਦੀ, ਆਪਣੇ ਸਕੂਲ ਦੀ, ਆਪਣੇ ਬੱਚੇ, ਗਰੀਬ ਬੱਚਿਆਂ ਦੀ ਹੈਲਪ ਕੀਤੀ ਜਾਵੇ ਕਿ ਉਹ ਵੀ ਪੜ੍ਹ ਸਕਣ। ਥੈਂਕ ਯੂ ਵੈਰੀ ਮੱਚ। ਅੱਜ ਸਾਡੇ ਸਰਕਾਰੀ ਪ੍ਰਾਇਮਰੀ ਸਕੂਲ ਪਾਸੜਾ ਦੇ ਵਿੱਚ NRIs ਵੀਰ ਸਾਡੇ ਸਰਦਾਰ ਸੁੱਚਾ ਸਿੰਘ ਜੀ, ਮੈਡਮ ਮਨਜੀਤ ਕੌਰ ਜੀ UK ਤੋਂ, ਉਹਨਾਂ ਦੇ ਨਾਲ ਮੁੰਡਾ ਉਹਨਾਂ ਦੇ ਅਮਨ, ਉਹਨਾਂ ਨੇ ਸਾਡੇ ਸਕੂਲ ਦੇ ਵਿੱਚ ਵਿਜ਼ਿਟ ਕੀਤਾ ਆ। ਔਰ ਸਾਡੇ ਜਿਹੜੇ ਛੋਟੇ ਬੱਚੇ ਹੈਗੇ ਆ, ਨਰਸਰੀਜ਼ ਪ੍ਰੀ ਪ੍ਰਾਇਮਰੀ ਕਲਾਸਿਸ ਦੇ ਬੱਚੇ ਹੈਗੇ ਆ, ਉਹਨਾਂ 60 ਬੱਚਿਆਂ ਦੇ ਲਈ ਉਹਨਾਂ ਨੇ ਯੂਨੀਫੋਰਮਸ ਜਿਹੜੀ ਹੈਗੀ ਆ ਬੱਚਿਆਂ ਦੇ ਲਈ ਪ੍ਰੋਵਾਈਡ ਕਰਵਾਈ ਆ। ਅਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਅਸੀਂ ਆਸ ਕਰਦੇ ਹਾਂ ਤੋਂ ਅੱਗੇ ਉਹ ਤੋਂ ਵੀ ਸਾਡੇ ਨਾਲ ਜੁੜੇ ਰਹਿਣਗੇ, ਸਾਡੀ ਹੋਰ ਵੀ ਮਦਦ ਕਰਨਗੇ। ਥੈਂਕ ਯੂ।